बड़ा प्यार है थोनों मेरे नाल, ते तुसी कह रहे हो कि रोया ना कर, ते इट'ल ऑल बी ओके, ते सो मैनी ब्यूटिफुल थिंग्स। एंड मैं कहना सी कि That's a story from like 2019. बड़ा चिर हो गया। An artist like myself has to gather up the courage to say things sometimes. हुण ए गल भी सच है कि जदों जदों मैं रोई ना सुनदी हाँ मैं रो पैंदी हाँ। ते शायद ਤੁਹਾਨੂੰ ਵੀ ਬਹੁਤ ਕੁਛ ਯਾਦ ਆਇਆ ਹੋਵੇਗਾ ਰਾਈਟ ਜਦੋਂ ਤੁਸੀਂ ਸੁਣਿਆ ਰੋਈ ਨਾ। ਚੰਗਾ ਲੱਗਦਾ ਗਾਣਾ ਲਿਖ ਕੇ, ਗਾਣਾ ਲਿਖ ਕੇ ਕੰਮ ਮੇਰਾ ਖਤਮ। ਰਿਲੀਜ਼ ਕਰਾਂ ਨਾ ਕਰਾਂ ਇਟਸ ਐਨ ਆਪਸ਼ਨ ਫੋਰ ਮੀ, ਐਂਡ ਗਾਣਾ ਰਿਲੀਜ਼ ਕਰਕੇ ਮੇਰਾ ਕੰਮ ਫਿਰ ਖਤਮ। ਰਿਵਿਊਜ਼ ਆਏ ਕਿ ਨਹੀਂ ਆਪਸ਼ਨਲ। ਕੋਈ ਵੀ ਚੀਜ਼ ਡਿਲੀਟ ਨਹੀਂ ਕਰ ਰਹੀ ਮੈਂ ਇੰਸਟਾਗ੍ਰਾਮ ਤੋਂ ਜਾਂ ਯੂਟਿਊਬ ਤੋਂ। ਪਹਿਲਾਂ ਸ਼ਾਇਦ ਕੀਤੀ ਹੋਵੇ ਇੱਕ ਦੋ ਵਾਰੀ, ਜਦੋਂ ਬਹੁਤ ਹੀ ਕਰੂਅਲ ਹੁੰਦੇ ਨੇ ਕਮੈਂਟਸ, ਜਦੋਂ ਬਹੁਤ ਹਾਰਟ ਬ੍ਰੇਕਿੰਗ ਹੁੰਦੀਆਂ ਚੀਜ਼ਾਂ, ਲੋਕ ਪਤਾ ਨਹੀਂ ਕਿੱਦਾਂ ਲਿਖ ਦਿੰਦੇ ਨੇ ਇੰਟਰਨੈਟ 'ਤੇ ਆ ਕੇ। ਬਟ ਐਪ ਕੀ ਨਾ, ਜਦੋਂ ਦਾ ਐਕਸਪੈਰੀਮੈਂਟ ਸ਼ੁਰੂ ਕੀਤਾ ਮੈਂ ਕੁਛ ਨਹੀਂ ਡਿਲੀਟ ਕੀਤਾ। रोई ना रोई ना, रोई ना रोई ਫਿਰ ਮੈਨੂੰ ਭੁੱਲ ਜਾਂਦਾ ਮੈਂ ਇੰਟਰਨੈਟ 'ਤੇ ਹਾਂ। ਓਕੇ ਸੋ ਯੂ ਰੈਡੀ, ਸੋ ਦੈਨ ਆਈ ਗਾਟ ਅ ਟਰਨ ਦਾ ਕਮੈਂਟਸ ਔਨ। ਕਿੱਦਾਂ ਕਰਾਂ, ਮੈਨੂੰ ਹਰ ਵਾਰੀ ਭੁੱਲ ਜਾਂਦਾ। ਫੱਕੀ ਛੱਤੀ ਕਹਿਣ ਲੱਗੀ ਸੀ, 6 ਮਹੀਨੇ ਬਾਅਦ ਮੈਂ ਆਈ ਦਾ ਇੰਟਰਨੈਟ 'ਤੇ, ਛੱਤੀ ਕਹਿਣ ਲੱਗੀ ਸੀ। ਸੋ ਐਗਜ਼ੌਸਟਿੰਗ। ਅੱਛਾ ਜੀ, ਸੋ ਮੈਂ ਆਵਾਂ ਇਹਦਾ ਗਾਣੇ ਦਾ ਨਾਂ ਰੋਈ ਨਾ, ਅਤੇ ਪਹਿਲੀ ਵਾਰ ਮੈਂ ਰੋਈ ਨਹੀਂ ਇੰਸਟਾਗ੍ਰਾਮ ਲਾਈਵ ਤੇ। ਹਰ ਵਾਰੀ ਆ ਕੇ ਇੱਥੇ ਥੋੜਾ ਬਹੁਤਾ ਮੈਂ ਕਰ ਲੈਂਦੀ ਹਾਂ ਪ੍ਰੋਗਰਾਮ, ਐਤਕੀ ਮੈਂ ਰੋਈ ਨਹੀਂ ਕਿਉਂਕਿ ਬਹੁਤ ਹੋ ਗਿਆ ਯਾਰ, ਬਹੁਤ ਹੋ ਗਿਆ। ਮੈਂ ਰਾਗਿੰਦਰ ਨੂੰ ਕਿਹਾ ਸੀ, ਮੈਂ ਕਿਹਾ ਯਾਰ ਗਾਣਾ ਪਲੇ ਕਰ, ਇਟ ਵਾਸ ਲਾਈਕ ਫਿਊ ਵੀਕਸ ਬਿਫੋਰ ਦ ਰਿਲੀਜ਼, ਮੈਂ ਕਿਹਾ ਗਾਣਾ ਪਲੇ ਕਰ ਯਾਰ ਸੁਣਦੇ ਹਾਂ। ਮੈਂ ਕਿਹਾ ਯੂ ਨੋ ਆਈ ਥਿੰਕ ਆਈਵ ਹੀਲਡ ਸੋ ਬਿਊਟੀਫੁਲੀ ਫਰੋਮ ਐਵਰੀਥਿੰਗ ਆਮ ਟਾਕਿੰਗ ਅਬਾਊਟ ਇਨ ਦ ਸੌਂਗ। ਮੈਂ ਕਿਹਾ ਹੁਣ ਤੂੰ ਪਲੇ ਕਰੇਗਾ ਮੈਨੂੰ ਕੁਛ ਫੀਲ ਹੀ ਨਹੀਂ ਹੋਣਾ। ਉਹਨੇ ਪਲੇ ਕੀਤਾ, 1-1.5 ਮਿੰਟ ਗਾਣਾ ਸੁਣਿਆ, ਆਈ ਸਟਾਰਟਡ ਕਰਾਇੰਗ। ਸੋ ਇਟਸ ਬਿਊਟੀਫੁਲ, ਇਟਸ ਬਿਊਟੀਫੁਲ ਦੈਟ ਦੈਟ ਸੌਂਗ ਹੈਜ਼ ਅਲਾਊਡ ਮੀ ਟੂ ਐਕਚੁਅਲੀ ਫੀਲ ਡੀਲ ਐਂਡ ਹੀਲ, ਐਂਡ ਆਈ ਪ੍ਰੇ that anybody who hears a song feels a little better. ਥੋੜ੍ਹਾ ਜਿਹਾ ਆਸਰਾ ਹੀ ਤਾਂ ਚਾਹੀਦਾ ਹੁੰਦਾ। ਅਤੇ ਕਿਸੇ ਵੀ ਕਮੈਂਟ 'ਤੇ ਲਿਖਿਓ ਨਾ ਕਿ ਸੈਡ ਸੌਂਗ ਹੈ, ਸੈਡ ਗੱਲਾਂ ਨਾ ਕਰਿਆ ਕਰ ਯਾਰ। ਐਜ ਅ ਕਲਚਰ ਆਪਾਂ ਕਿੰਨਾ ਸਪਰੈਸ ਕਰਦੇ ਹਾਂ ਇਮੋਸ਼ਨਸ ਨੂੰ ਯਾਰ। ਐਜ ਅ ਕਲਚਰ ਆਪਾਂ ਕਿੰਨਾ ਇੱਕ ਦੂਜੇ ਨੂੰ ਕਹਿੰਦੇ ਹਾਂ, ਲੈ ਤੈਨੂੰ ਕੀ ਹੋਇਆ, ਲੈ ਆਹ ਕਿਹੜੀ ਵੱਡੀ ਗੱਲ ਹੈ, ਤੂੰ ਕਿਉਂ ਰੋਈ ਜਾਂਦੀ ਆ, ਤੂੰ ਕਿਉਂ ਰੋਈ ਜਾਂਦਾ। ਕਈ ਵਾਰੀ ਸਾਨੂੰ ਇੱਕ ਵੀ ਜਣਾ ਨਹੀਂ ਮਿਲਦਾ ਜਿਹੜਾ ਕਵੇ ਕਿ ਯਾਰ ਆਈ ਅੰਡਰਸਟੈਂਡ ਦੈਟ ਯੂ ਗੋਇੰਗ ਥਰੂ ਅ ਟਫ ਟਾਈਮ, ਲਾਈਕ ਜਾਂ ਤੇਰੇ ਨਾਲ ਚੰਗਾ ਨਹੀਂ ਹੋਇਆ ਅਤੇ ਮੈਂ ਸੁਣਦਾ ਵਾਂ, ਮੈਂ ਸੁਣਦੀ ਹਾਂ ਤੇਰੀ ਗੱਲ। ਕਈ ਵਾਰੀ ਇੱਕ ਵੀ, ਕਈ ਵਾਰੀ ਕੋਈ ਨਹੀਂ ਹੁੰਦਾ। ਐਂਡ ਮੈਂ ਕਿਹਾ ਸੀ ਮੈਂ ਕੋਈ ਸਿਆਣੀ ਗੱਲ ਨਹੀਂ ਕਰਾਂਗੀ ਅੱਜ, ਬਟ ਜੇ ਇੱਕ ਗੱਲ ਤੁਸੀਂ ਮੇਰੀ ਸੁਣ ਲਓ
ਜੇ ਤੁਹਾਡੇ ਅੱਗੇ ਕਦੇ ਕੋਈ ਜੇ ਤੁਹਾਡੇ ਅੱਗੇ ਕੋਈ ਆਪਣੇ ਦਿਲ ਦੀ ਗੱਲ ਕਰੇ ਨਾ, ਆਪਣੇ ਦੁੱਖ ਦੀ ਗੱਲ ਕਰੇ, ਜੇ ਤੁਹਾਡੇ ਅੱਗੇ ਕੋਈ ਆਪਣੇ ਪਾਸਟ ਦੀ ਗੱਲ ਕਰੇ, ਆਪਣੀ ਐਂਗਜ਼ਾਇਟੀਜ਼, ਆਪਣੀ ਫਿਕਰ ਦੀ ਗੱਲ ਕਰੇ, ਆਈ ਥਿੰਕ ਤੁਹਾਨੂੰ ਸੁਣਨਾ ਚਾਹੀਦਾ, ਕਿਉਂਕਿ ਸਾਡੇ ਕਲਚਰ ਵਿੱਚ, ਸਾਡੇ ਪੰਜਾਬੀਆਂ ਵਿੱਚ ਤੇ ਬਹੁਤ ਹੀ ਜ਼ਿਆਦਾ ਚੀਜ਼ ਹੈ ਯਾਰ ਕਿ ਚੀਅਰ ਅਪ, ਖੁਸ਼ ਰਿਹਾ ਕਰ। ਲਾਈਕ ਜਦੋਂ ਮੈਂ ਦੇਖ ਰਹੀ ਹਾਂ ਸਾਰੇ ਸਟੈਟਿਸਟਿਕਸ ਐਂਡ ਮੈਨੂੰ ਓਬਵੀਅਸਲੀ ਸੁਣਨ ਨੂੰ ਮਿਲਦਾ, ਈਵਨ ਦੋ ਆਮ ਨਾਟ ਲਾਈਕ ਐਕਟਿਵਲੀ ਔਨ ਦਾ ਇੰਟਰਨੈਟ, ਯੂ ਨੋ, ਮੈਨੂੰ ਸੁਣਨ ਨੂੰ ਮਿਲਦਾ ਨਿਚੋੜ ਕੀ ਹੈ, ਰਿਜ਼ਲਟ ਕੀ ਆਇਆ ਗਾਣੇ ਦਾ। ਐਕਸਪੈਰੀਮੈਂਟ ਚੱਲ ਰਿਹਾ ਮਿੱਤਰੋ, ਐਕਸਪੈਰੀਮੈਂਟ। ਦੇਰਸ ਬੋਲਣਾ ਨਹੀਂ ਮੈਂ, ਦਿਸ ਇਜ਼ ਆਲ ਆਈ ਮਸਟ ਸੇ, ਐਕਸਪੈਰੀਮੈਂਟ ਚੱਲ ਰਿਹਾ, ਤੁਹਾਡੇ ਤੇ ਚੱਲ ਰਿਹਾ ਐਕਸਪੈਰੀਮੈਂਟ। ਮੈਂ ਤਾਂ ਸ਼ੁਰੂ ਤੋਂ ਕੋਈ ਵੀ ਗਾਣਾ ਕੱਢ ਸਕਦੀ ਸੀ, ਸ਼ੁਰੂ ਤੋਂ, ਮੁਸਕਾਨ ਦੇ ਟਾਈਮ ਤੋਂ। ਮੈਨੂੰ ਪਤਾ, ਸਾਰਿਆਂ ਨੂੰ ਪਤਾ ਹੁੰਦਾ ਆਹ ਕਰਾਂਗੇ ਤੇ ਆਹ ਹੋਏਗਾ, ਆਹ ਕਰਾਂਗੇ ਤੇ ਆਹ ਹੋਏਗਾ, ਸਾਰਿਆਂ ਨੂੰ ਪਤਾ, ਇੰਨੇ ਕੁ ਫੈਕਟਸ ਹੈਗੇ ਨੇ ਇੰਡਸਟਰੀ 'ਚ, ਸਟੈਟਿਸਟਿਕਸ, ਸਾਰਿਆਂ ਨੂੰ ਪਤਾ, ਅਤੇ ਮੈਨੂੰ ਵੀ ਪਤਾ ਸੀ, ਮੈਂ ਜਾਣ ਕੇ ਨਹੀਂ ਕੀਤਾ, ਕਿਉਂਕਿ ਫਟਾਫਟ ਭੱਜ ਕੇ ਉੱਤੇ ਚੜ੍ਹ ਜਾਣਾ, ਫਿਰ ਕੀ ਕਰਨਾ ਜਾ ਕੇ ਇਕੱਲੇ ਖੜ੍ਹ ਕੇ ਉੱਤੇ। ਹੌਲੀ ਹੌਲੀ ਪਿਆਰ ਨਾਲ ਐਕਸਪੈਰੀਮੈਂਟ ਚੱਲ ਰਿਹਾ, ਸੋ ਜ਼ਿਆਦਾ ਸੀਰੀਅਸਲੀ ਲੈਣੀ ਗੱਲ, ਅਤੇ ਜੇ ਲੈਣੀ ਤਾਂ ਲੈ ਲਿਓ ਸੀਰੀਅਸ, ਆਪਾਂ ਨਹੀਂ ਮਾਇੰਡ ਕਰਦੇ। ਅਤੇ ਰੋਈਨਾ ਇਜ਼ ਦ ਥਰਡ ਚੈਪਟਰ ਆਫ ਦ ਗ੍ਰੇਟ ਪੰਜਾਬੀ ਐਕਸਪੈਰੀਮੈਂਟ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਤੇ ਨਹੀਂ ਲੱਗਦੀ, ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ, ਪਰੇਸ਼ਾਨੀ ਜਿਵੇਂ ਮਨ ਚਾਹੇ, ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਸੌਤਨ ਦੁਸ਼ਮਣ ਦਾ ਖਾਤਮਾ, ਕੋਰਟ ਕਚਹਿਰੀ, ਨੌਕਰੀ ਕਾਰੋਬਾਰ ਵਿੱਚ ਰੁਕਾਵਟ, ਵਿਦੇਸ਼ ਵਿੱਚ ਪੱਕਾ ਹੋਣਾ, ਬੱਚਿਆਂ ਦਾ ਕਹਿਣੇ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਓ ਜਾਂ ਤੜਵਾਓ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, ਅੱਜ ਹੀ ਸੰਪਰਕ ਕਰੋ ਪ੍ਰਵੀਨ ਜੋਤੀ 94 616।